ਦਾਣਾ ਮੰਡੀ ਤੋਂ ਇੱਕ ਨਸ਼ਾ ਤਸਕਰ ਨੂੰ 230 ਨਸ਼ੀਲੀ ਗੋਲੀਆਂ ਤੇ ਇੱਕ ਸਕੂਟਰੀ ਦੇ ਨਾਲ ਥਾਣਾ ਗੁਰੂਵਰ ਸਾਹਿਬ ਦੀ ਪੁਲਿਸ ਨੇ ਕੀਤਾ ਗ੍ਰਿਫਤਾਰ। NDPS ਐਕਟ ਦੇ ਤਹਿਤ ਮਾਮਲਾ ਦਰਜ। ਥਾਣਾ ਗੁਰੂਵਰ ਸਾਹਿਬ ਦੀ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਇੱਕ ਨਸ਼ਾ ਤਸਕਰ ਨੂੰ 230 ਨਸ਼ੀਲੀ ਗੋਲੀਆਂ ਤੇ ਇੱਕ ਸਕੂਟਰੀ ਦੇ ਨਾਲ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਬ ਇੰਸਪੈਕਟਰ ਗੁਰਦੀਪ ਕੌਰ ਪੁਲਿਸ ਪਾਲਟੀ ਦੇ ਨਾਲ ਗਸ਼ਤ ਵਿੱਚ ਚੈਕਿੰਗ ਅਤੇ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਦਾਣਾ ਮੰਡੀ ਗੁਰੂਵਰ ਸਾਹਿਬ ਦੇ ਪਾਸ ਪੁੱਜੇ ਤਾਂ ਮੁਕਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਉਕਤ ਵਿਅਕਤੀ ਬਗੀਚਾ ਸਿੰਘ ਪੁੱਤਰ ਕਿਸ਼ੋਰ ਸਿੰਘ ਵਾਸੀ ਝੁੱਗੇ ਲਾਭ ਸਿੰਘ ਵਾਲੀ ਜ਼ਿਲ੍ਹਾ ਫਾਜ਼ਿਲਕਾ ਜੋ ਨਸ਼ੀਲੀਆਂ ਗੋਲੀਆਂ ਵੇਚਣ ਦਾ ਆਦੀ ਹੈ, ਜੋ ਹੁਣ ਵੀ ਆਪਣੀ ਸਕੂਟਰੀ ਪਰ ਸਵਾਰ ਹੋ ਕੇ ਪਿੰਡ ਸੈਦੇ ਕੇ ਮੂਹਣ ਦੀ ਤਰਫੋਂ ਗੁਰੂਵਰ ਸਾਹਿਬ ਵੱਲ ਨੂੰ ਆ ਰਿਹਾ ਹੈ। ਜੇਕਰ ਹੁਣ ਦਾਣਾ ਮੰਡੀ ਦੇ ਕੋਲ ਨਾਕਾਬੰਦੀ ਕੀਤੀ ਜਾਵੇ ਤਾਂ ਇਹ ਕਾਬੂ ਆ ਸਕਦਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਸਬ ਇੰਸਪੈਕਟਰ ਵੱਲੋਂ ਪੁਲਿਸ ਪਾਲਟੀ ਦੇ ਨਾਲ ਨਾਕਾਬੰਦੀ ਕੀਤੀ ਗਈ ਤਾਂ ਉਕਤ ਆਰੋਪੀ ਨੂੰ ਸਮੇਤ ਸਕੂਟਰੀ ਦੇ ਕਾਬੂ ਕੀਤਾ ਗਿਆ ਤਾਂ ਤਲਾਸ਼ੀ ਦੌਰਾਨ ਉਸ ਕੋਲੋਂ 230 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਹਨ, ਜਿਸ ਨੂੰ ਮੌਕੇ ਪਰ ਗ੍ਰਿਫਤਾਰ ਕਰਕੇ ਥਾਣਾ ਗੁਰੂਵਰ ਸਾਹਿਬ ਵਿਖੇ NDPS ਐਕਟ ਦੇ ਤਹਿਤ ਮਾਮਲਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਕਤ ਆਰੋਪੀ ਨੂੰ ਮਾਣਯੋਗ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਵਾਇਆ ਜਾਵੇਗਾ ਅਤੇ ਉਕਤ ਆਰੋਪੀ ਤੋਂ ਪੁੱਛਗਿੱਛ ਪੁਲਿਸ ਵੱਲੋਂ ਕੀਤੀ ਜਾਵੇਗੀ। ਹਾਂਜੀ ਸਰ, ਕੀ ਕਹਿਣਾ ਚਾਹੋਗੇ? ਨਸ਼ੇ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਕਾਫੀ ਕਾਰਵਾਈਆਂ ਹੋ ਰਹੀਆਂ ਨੇ, ਇੱਕ ਜੋ ਮਾਮਲਾ ਦਰਜ ਹੋਇਆ ਹੈ, ਕਿਸ ਤਰ੍ਹਾਂ ਦਾ ਮਾਮਲਾ ਦਰਜ ਕੀਤਾ ਗਿਆ ਜੀ? ਅਸੀਂ ਡਰੱਗ ਤੇ ਜਿਹੜਾ ਕਿ ਕੰਮ ਕਰ ਰਹੇ ਹਾਂ, SSP ਸਾਹਿਬ ਸਾਡੇ ਫਿਰੋਜ਼ਪੁਰ ਸ੍ਰੀ ਦੀਪ ਕਲੋਰੀ ਸਾਹਿਬ ਤੇ ਜਿਹੜੇ ਸਾਨੂੰ ਗਾਈਡਲਾਈਨ ਮਿਲੀਆਂ, ਸਾਨੂੰ ਬੜੇ ਸਖ਼ਤ ਨਿਰਦੇਸ਼ ਉਹਨਾਂ ਨੇ ਦਿੱਤੇ ਆ, ਉਹਨਾਂ ਤੇ ਅਸੀਂ ਕੰਮ ਕਰ ਰਹੇ ਹਾਂ। DSP ਯਾਦਵਿੰਦਰ ਸਿੰਘ ਬਾਜਵਾ ਸਾਹਿਬ, ਸਬ ਡਿਵੀਜ਼ਨ ਗੁਰੂ ਸਾਹਿਬ, ਇਹ ਅਫਸਰਾਂ ਦੀਆਂ ਹਦਾਇਤਾਂ 'ਤੇ ਅਸੀਂ ਕੰਮ ਕਰ ਰਹੇ ਹਾਂ। ਸਾਨੂੰ ਬਹੁਤ ਵਧੀਆ ਕਾਮਯਾਬੀ ਜਿਹੜੀ ਹੈਗੀ ਹੈ ਡਰੱਗ 'ਤੇ ਉਹ ਮਿਲ ਰਹੀ ਹੈ। ਇਹਦੇ ਵਿੱਚ ਅਸੀਂ ਬਗੀਚਾ ਸਿੰਘ ਸਨਾ ਕਿਸ਼ੋਰ ਸਿੰਘ, ਇਹਦੇ ਕੋਲੋਂ ਅਸੀਂ ਜਿਹੜੀਆਂ ਹੈਗੀਆਂ ਨਸ਼ੀਲੀਆਂ ਗੋਲੀਆਂ ਉਹ ਬਰਾਮਦ ਕੀਤੀਆਂ। ਉਹਦੇ ਵਿੱਚ ਅੰਡਰ ਸੈਕਸ਼ਨ 22-85 FIR ਨੰਬਰ 188 ਉਹ ਅਸੀਂ ਦਰਜ ਕੀਤੀ ਹੈ। ਅੱਜ ਅਸੀਂ ਇਹਨੂੰ ਪੇਸ਼ ਕਰਕੇ ਇਹਦਾ ਅਸੀਂ ਰਿਮਾਂਡ ਲਵਾਂਗੇ। ਕਿੰਨੀਆਂ ਗੋਲੀਆਂ ਸਰ ਫੜੀਆਂ ਗਈਆਂ? ਇਹਦੇ ਵਿੱਚ 230 ਗੋਲੀਆਂ ਨੇ ਜਿਹੜੀਆਂ ਸਾਨੂੰ ਹੁਣ ਤੱਕ ਬਰਾਮਦ ਕੀਤੀਆਂ ਇਹਦੇ ਕੋਲੋਂ, ਤੇ ਅੱਗੇ ਦੀ ਜਿਹੜੀ ਪੁੱਛਗਿੱਛ ਆ ਉਹ ਜਾਰੀ ਆ। ਰਿਮਾਂਡ ਲੈ ਕੇ ਪੁੱਛਗਿੱਛ ਕਰਾਂਗੇ ਵੀ ਕਿਹਦੇ ਕੋਲੋਂ ਲੈ ਕੇ ਆਇਆ ਤੇ ਗਾਂ ਇਹਨੇ ਕਿਹਨੂੰ ਸਪਲਾਈ ਕਰਨੀਆਂ ਸੀਗੀਆਂ। ਇੱਕ ਸਰ, ਨਸ਼ਾ ਤਸਕਰਾਂ ਨੂੰ ਕੀ ਚੇਤਾਵਨੀ ਦਿਓਗੇ? ਇਹਦੇ ਵਿੱਚ ਅਸੀਂ ਤੁਹਾਡੇ ਰਾਹੀਂ ਦੱਸਣਾ ਚਾਹੁੰਦੇ ਹਾਂ ਵੀ ਨਸ਼ਾ ਤਸਕਰਾਂ ਤੇ ਸਾਡੀ ਬੜੀ ਸਿੱਧੀ ਨਿਗਾਹ ਹੈਗੀ ਉਹਨਾਂ ਤੇ। ਕੋਈ ਵੀ ਸਾਡੀ ਜਿਹੜਾ ਹੈਗਾ ਬਚ ਨਹੀਂ ਸਕਦਾ ਸਾਡੇ ਕੋਲੋਂ। ਅਸੀਂ ਬੜੀ ਉਹਨਾਂ ਨੂੰ ਸਖ਼ਤ ਚੇਤਾਵਨੀ ਦਿੰਦੇ ਹਾਂ ਵੀ ਉਹ ਆਪਦਾ ਬਾਜ ਆ ਜਾਣ, ਨਹੀਂ ਤਾਂ ਸਾਡੀ ਬੜੀ ਸਖ਼ਤ ਚੇਤਾਵਨੀ ਆ ਵੀ ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ। ਡਰੱਗ ਤੇ ਸਾਡਾ ਜਿਹੜਾ ਬੜੇ ਸਾਨੂੰ ਸਖ਼ਤ ਜਿਹੜੇ ਮਾਣਯੋਗ SSP ਸਾਹਿਬ ਨੇ ਜਿਹੜੇ ਨਿਰਦੇਸ਼ ਦਿੱਤੇ ਆ, DSP ਸਾਹਿਬ ਆਪ ਖੁਦ ਜਿਹੜੀ ਹੈਗੀ ਉਹ ਕਮਾਂਡ ਕਰ ਰਹੇ ਆ। SSP ਸਾਹਿਬ ਦੇ ਜਿਹੜੇ ਸਾਨੂੰ ਡੇ ਬਾਏ ਡੇ ਸਾਡੀਆਂ ਗਾਈਡਲਾਈਨ ਆਉਣੀਆਂ ਉਹਨਾਂ 'ਤੇ ਅਸੀਂ ਕੰਮ ਕਰ ਰਹੇ ਹਾਂ। ਇਹਦੇ ਵਿੱਚ ਅਸੀਂ ਕਾਫੀ ਜਿਹੜਾ ਹੈਗਾ ਗੁਰੂ ਸਾਹਿਬ ਦੇ ਵਿੱਚ ਅਸੀਂ ਕਾਫੀ ਜਿਹੜਾ ਹੈਗਾ ਕਿ ਨਸ਼ੇ 'ਤੇ ਕੰਟਰੋਲ ਕਰ ਲਿਆ। ਅੱਗੇ ਵੀ ਨੂੰ ਸਾਡੀ ਜਿਹੜੀ ਹੈਗੀ ਹੈ ਇਹਨਾਂ 'ਤੇ ਜਿਹੜਾ ਕੰਮ ਆ ਅਸੀਂ ਉਹ ਕਰ ਰਹੇ ਹਾਂ ਡੇ ਬਾਏ ਡੇ।